ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਨਗਰ ਕੌਂਸਲ ਦਫ਼ਤਰ ਵਿਖੇ ਬਲਵਿੰਦਰ ਸਿੰਘ SDM ਬਟਾਲਾ ਕਮ ਕਨਵੀਨਰ ਦੀ ਨਿਗਰਾਨੀ ਹੇਠ ਕਰਵਾਈ ਗਈ ਹੈ, ਜਿਸ ਦੌਰਾਨ ਵਾਰਡ ਨੰਬਰ 7 ਤੋਂ ਕੌਂਸਲਰ ਰਜਵੰਤ ਕੌਰ ਰੰਧਾਵਾ ਨੂੰ ਪ੍ਰਧਾਨ ਅਤੇ ਵਾਰਡ ਨੰਬਰ 9 ਤੋਂ ਕੌਂਸਲਰ ਕਵਿਤਾ ਨੂੰ ਮੀਤ ਪ੍ਰਧਾਨ ਫਤਿਹਗੜ੍ਹ ਚੂੜੀਆਂ ਚੁਣ ਲਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਔਰਤਾਂ ਲਈ ਜੋ ਰਾਖਵਾਂਕਰਨ ਕੀਤਾ ਗਿਆ ਹੈ, ਉਸ ਦੇ ਤਹਿਤ ਹੀ ਫਤਿਹਗੜ੍ਹ ਚੂੜੀਆਂ ਵਿਖੇ ਵਾਰਡ ਨੰਬਰ 7 ਅਤੇ 9 ਤੋਂ ਔਰਤ ਕੌਂਸਲਰਾਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾ ਕੇ ਸ਼ਹਿਰ ਦੀ ਵਾਗਡੋਰ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਉਮੀਦ ਕਰਦੇ ਹਨ ਕਿ ਦੋਵੇਂ ਔਰਤਾਂ ਸ਼ਹਿਰ ਦੇ ਵਿਕਾਸ ਲਈ ਚੰਗੇ ਕੰਮ ਕਰਨਗੀਆਂ। ਇਸ ਮੌਕੇ ਨਵਨਿਯੁਕਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੇ ਵੀ ਪੰਜਾਬ ਸਰਕਾਰ ਦੇ ਨਾਲ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਕਸਬਾ ਫਤਿਹਗੜ੍ਹ ਚੂੜੀਆਂ 'ਚ ਪਹਿਲੀ ਵਾਰ ਹੈ ਜਦੋਂ ਕਿਸੇ ਔਰਤ ਨੂੰ ਸ਼ਹਿਰ ਦੇ ਪ੍ਰਧਾਨਗੀ ਦੇ ਤੌਰ ਤੇ ਕਮਾਂਡ ਸੌਂਪੀ ਗਈ ਹੈ। ਮੇਰਾ ਮਹਿਲਾ ਪ੍ਰਧਾਨ ਨਹੀਂ ਵਾਈਸ ਪ੍ਰਧਾਨ ਵੀ ਮਹਿਲਾ ਬਣਾਈ ਆ। ਚਲੋ ਜੀ, ਖੁਸ਼ੀ ਦੀ ਗੱਲ ਹੈ ਜੀ। ਅਤੇ ਬਾਕੀ ਹੁਣ ਪਤਾ ਲੱਗੇਗਾ ਐਕਸਪੀਰੀਅੰਸ ਕਿਹੋ ਜਿਹਾ ਵਾ। ਅਸੀਂ ਵਿਸ਼ ਕਰਦੇ ਹਾਂ ਕੈਪਟਨ ਸਾਹਿਬ ਨੇ 50% ਲੇਡੀਜ਼ ਨੂੰ ਮੌਕਾ ਦਿੱਤਾ ਸੀ। ਅਸੀਂ ਇਸ ਰੈਜੂਲੇਸ਼ਨ ਦੇ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਕੁੜੀਆਂ ਨੂੰ ਮੌਕਾ ਦਿੱਤਾ ਅਤੇ ਮੇਰਾ ਖਿਆਲ ਆ ਵੀ ਵਧੀਆ ਕੰਮ ਕਰਕੇ ਵਿਖਾ ਲੈਣਗੇ। ਅਤੇ ਬਾਦ ਸਾਹਿਬ, ਇਹ ਪ੍ਰਧਾਨਗੀ ਲਈ 3-4 ਦਾਅਵੇਦਾਰ ਸੀ, ਦੂਜੇ ਸੰਤੁਸ਼ਟ ਨੇ ਜੀ? ਅੰਦਰ ਯੂਨਾਨੀਮਸ ਇਲੈਕਸ਼ਨ ਹੋਈ ਆ, ਕੋਈ ਦੂਜਾ ਨਾਂ ਨਹੀਂ ਆ, ਸੋ ਯੂਨਾਨੀਮਸ ਇਲੈਕਸ਼ਨ ਹੋਈ ਆ। ਚੰਗਾ ਜੀ, ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ, ਅਤੇ ਸਾਰੇ ਕੌਂਸਲਰ ਦਾ, ਨਗਰ ਕੌਂਸਲਰ ਦਾ ਅਤੇ ਵੋਟਰ ਜਾਂ ਸਪੋਰਟਰ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜੀ। ਇੱਕ ਔਰਤ ਨੂੰ ਪ੍ਰਧਾਨ ਬਣਾਇਆ, ਉਹਨਾਂ ਨੇ ਬੜਾ ਵੱਡਾ ਇੱਕ ਤੁਹਾਨੂੰ ਰੁਤਬਾ ਦਿੱਤਾ, ਹਾਂਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਜੀ, ਔਰਤਾਂ ਹਰੇਕ ਫੀਲਡ ਵਿੱਚ ਵੱਧ ਚੜ੍ਹ ਕੇ ਕੰਮ ਕਰ ਰਹੀਆਂ ਜੀ, ਅਤੇ ਫਤਿਹਗੜ੍ਹ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹਨਾਂ ਸਾਰੇ 12 ਨਗਰ ਕੌਂਸਲ ਵਾਰਡਾਂ ਵਿੱਚੋਂ ਕਾਂਗਰਸੀਆਂ ਜਿਤਾਇਆ। ਇਹ ਤੁਹਾਡੀ ਪਹਿਲ ਕੀ ਹੋਏਗੀ ਜੀ ਵਿਕਾਸ ਦੀ? ਫਿਊਚਰ ਪਲਾਨਿੰਗ ਤੁਹਾਡੀ ਕੀ ਹੈ? ਡਿਵੈਲਪਮੈਂਟ ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।